ਦੋਸਤੋ ਸਾਸ਼ੀ ਰਿਕਾਲ ਚੰਦਬਰ ਗੱਡਾ ਚੈਨਲ ਤੇ ਤੁਹਾਡਾ ਸਵਾਗਤ ਹੈ ਤਾਂ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਕਿ ਜਿਸ ਤਰ੍ਹਾਂ ਪੰਜਾਬ ਯੂਨੀਵਰਸਿਟੀ ਪਟਿਆਲਾ ਕੰਟਰੋਲਰ ਪ੍ਰੀਖਿਆ ਬੋਰਡ ਯਾਨੀ ਕਿ ਦਫ਼ਤਰ ਵੱਲੋਂ ਜ਼ਰੂਰੀ ਸੂਚਨਾ ਦਿੱਤੀ ਗਈ ਹੈ ਜੋ ਕਿ ਫਾਈਨਲ ਇਅਰ ਦੇ ਵਿਦਿਆਰਥੀਆਂ ਦੇ ਐਗਜ਼ਾਮ ਦੇ ਸਬੰਧਿਤ ਹੈ ਜਿਸ ਵਿੱਚ ਤੁਸੀਂ ਜਾਣਦੇ ਹੋ ਕਿ ਇਸ ਵਿੱਚ ਮਿਤੀ 9 9 2020 ਯਾਨੀ ਕਿ ਅੱਜ ਦੇ ਦਿਨ ਤਕਰੀਬਨ 45 ਮਿੰਟ ਪਹਿਲਾਂ ਹੀ ਇਹ ਨੋਟਿਸ ਜਾਰੀ ਕੀਤਾ ਗਿਆ ਹੈ ਜਿਸ ਨੋਟਿਚ ਵਿੱਚ ਨੋਟਿਸ ਵਿੱਚ ਸੂਚਨਾ ਦਿੱਤੀ ਗਈ ਹੈ ਕਿ ਪੰਜਾਬੀ ਯੂਨੀਵਰਸ ਪਟਿਆਲਾ ਵੱਲੋਂ ਅਖੀਰਲੇ ਸਮੈਸਟਰ ਯਾਨੀ ਕਿ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਬੀਐਸਏ ਐਗਰੀਕਲਚਰ ਹੈ ਜਿਹਨਾਂ ਦਾ ਜਿਹੜਾ ਹੈ ਆਪਣਾ 8ਵਾਂ ਸਮੈਸਟਰ ਹੈਗਾ ਤਾਂ ਜਬੀ ਹੈ ਉਹਨਾਂ ਦਾ 6ਵਾਂ ਸਮੈਸਟਰ ਹੈ ਇਸ ਤਰ੍ਹਾਂ ਜਿਹੜੇ 3 ਸਾਲ ਦੇ ਕੋਰਸਿਸ ਹਨ ਉਹਨਾਂ ਦਾ 6ਵਾਂ ਤੇ ਜੋ 4 ਸਾਲ ਦੇ ਕੋਰਸਿਸ ਹਨ ਉਹਨਾਂ ਦਾ 8ਵਾਂ ਸਮੈਸਟਰ ਹੈ ਉਹਨਾਂ ਦੀ ਜਿਹੜੀ ਪ੍ਰੀਖਿਆਵਾਂ ਮਿੱਤੀ 25 9 2020 ਤੋਂ ਕਰਵਾਈਆਂ ਜਾਰੀ ਹਨ ਤਾਂ ਇਸ ਫੈਸਲੇ ਦੇ ਤਹਿਤ ਇਹਨਾਂ ਕਲਾਸਾਂ ਦੀ ਪ੍ਰੈਕਟੀਕਲ ਪ੍ਰੀਖਿਆ ਜਿਹੜੀ ਹੈਗੀ ਹੈ ਉਹ ਪ੍ਰਿੰਸੀਪਲ ਵੱਲੋਂ ਆਪਣੇ ਪੱਧਰ ਤੇ ਆਨਲਾਈਨ ਮੋਡ ਤੇ ਕਰਵਾਈ ਜਾਏਗੀ ਜੋ ਕਿ 19/2020 ਤੱਕ ਪੂਰੀਆਂ ਕਰੀਆਂ ਜਾਣਗੀਆਂ ਤਾਂ ਜਿਹੜੀ ਬਿਊਰੋ ਪ੍ਰੀਖਿਆ ਯਾਨੀ ਕਿ ਬਲੈਂਡਡ ਮੋਡ ਵਿੱਚ ਪ੍ਰੀਖਿਆ ਕਰਾਈਆਂ ਜਾਣਗੀਆਂ ਤਾਂ ਵਿਦਿਆਰਥੀਆਂ ਨੂੰ ਆਨਲਾਈਨ ਜਿਹੜਾ ਹੈਗਾ ਪੇਪਰ ਪ੍ਰਸ਼ਨ ਪੇਪਰ ਜਿਹੜਾ ਹੈਗਾ ਉਹ ਮੁਹैया ਕਰਵਾਇਆ ਜਾਏਗਾ ਜਿਸ ਵਿੱਚ ਉਸ ਨੂੰ ਉਹਨਾਂ ਨੂੰ ਆਨਲਾਈਨ ਪੇਪਰ ਭੇਜਿਆ ਜਾਏਗਾ ਤਾਂ ਕਿ ਉਹ ਡਾਊਨਲੋਡ ਕਰ ਲੈਣਗੇ ਤਾਂ ਉਹ ਜਿਹੜਾ ਪ੍ਰਸ਼ਨ ਪੇਪਰ ਹੈ ਉਹ A4 ਸ਼ੀਟਾਂ ਤੇ ਹੱਲ ਕੀਤਾ ਜਾਵੇਗਾ ਤਾਂ ਤੁਸੀਂ ਜਾਣਦੇ ਹੋ ਕਿ ਜਿਸ ਤਰ੍ਹਾਂ ਉਹਨਾਂ ਨੇ ਇਸ ਸੂਚਨਾ ਵਿੱਚ ਕਿਹਾ ਕਿ ਪੇਪਰ ਹੱਲ ਕਰਨ ਦਾ ਸਮਾਂ 2 ਘੰਟੇ ਦਿੱਤਾ ਜਾਏਗਾ ਤੇ ਤੁਹਾਨੂੰ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਜੋ ਪੇਪਰ ਹੈ ਉਸ ਵਿੱਚ ਜਿਵੇਂ ਕਿ 8 ਪ੍ਰਸ਼ਨ ਪੁੱਛੇ ਜਾਣਗੇ ਤਾਂ ਉਹ ਸਭ 50% ਮਲੇ ਜਿਆ ਪ੍ਰਤੀਸ਼ਤ ਪ੍ਰਸ਼ਨ ਪੇਪਰ ਹੱਲ ਕਰਨਾ ਆਏਗਾ ਤਾਂ 50% ਅੰਕਾ ਦਾ ਪੇਪਰ ਹੱਲ ਤੁਹਾਨੂੰ ਕਰਨਾ ਹੋਏਗਾ ਤਾਂ ਇਸ ਤੋਂ ਇਲਾਵਾ 2 ਘੰਟੇ ਪ੍ਰੈਪਰੇਸ਼ਨ ਡਾਊਨਲੋਡ ਕਰਨਾ ਅਤੇ ਉੱਤਰ ਪੰਨਾ ਜਿਵੇਂ ਕਿ ਉੱਤਰ ਪੰਨਾ ਤੁਸੀਂ ਜੋ ਵੀ ਹੈ ਉੱਤਰ ਪੰਨਾ A4 ਪੇਜ ਇਸ ਲੈ ਕੇ ਉੱਤੇ ਉੱਪਰ ਆਪਣਾ ਉੱਤਰ ਹੱਲ ਕਰੋਗੇ ਤਾਂ ਹੱਲ ਕਰਨ ਤੋਂ ਬਾਅਦ ਉਹ ਜਿਹੜਾ ਹੈ ਉਸ ਲਈ ਹੱਲ ਕਰਨ ਤੋਂ ਬਾਅਦ 2 ਘੰਟੇ ਸਮਾਂ ਦਿੱਤਾ ਜਾਏਗਾ ਤਾਂ ਕਿ ਕਿਸੇ ਦੀ ਕੋਈ ਇੰਟਰਨੈਟ ਸਬੰਧਿਤ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਸਮੱਸਿਆ ਆ ਰਹੀ ਤਾਂ ਉਸ ਪ੍ਰਸ਼ਨ ਪੇਪਰ ਨੂੰ ਉਹ 2 ਘੰਟੇ ਦੇ ਵਿੱਚ ਵਿੱਚ ਅਪਲੋਡ ਕਰ ਸਕਦਾ ਹੈ ਜੇਕਰ ਵਿਦਿਆਰਥੀ ਵੱਲੋਂ ਉੱਤਰ ਪੱਨਾ ਅਪਲੋਡ ਕਰਨ ਵਿੱਚ ਦਿੱਕਤ ਆਉਂਦੀ ਹੈ ਤਾਂ ਉਮੀਦਵਾਰ ਨੇੜੇ ਦੇ ਪੰਜਾਬੀ ਯੂਨੀਵਰਸਿਟੀ ਪਟਿਆਲੇ ਸਬੰਧਿਤ ਜਿਹੜਾ ਵੀ ਕੋਈ ਕਾਲਜ ਹੈ ਉੱਥੇ ਪੰਨੇ ਜਿਹੜਾ ਹੈ ਜਮ੍ਹਾਂ ਕਰਵਾ ਸਕਦਾ ਹੈ ਤੇ ਜੇਕਰ ਕਰਦੇ ਨੇੜੇ ਕੋਈ ਪੰਜਾਬੀ ਯੂਨੀਵਰਸਿਟੀ ਸਬੰਧਿਤ ਕਾਲਜ ਨਹੀਂ ਹੈਗਾ ਤਾਂ ਉਸ ਲਈ ਵੀ ਉਹਨਾਂ ਨੇ ਬਹੁਤ ਹੀ ਵਧੀਆ ਸੂਚਨਾ ਦਿੱਤੀ ਹੈ ਕਿ ਉਹ ਓਹੋ ਉਮੀਦਵਾਰ ਸਪੀਡ ਪੋਸਟ ਰਜਿਸਟਰਡ ਪੋਸਟ ਰਾਈ ਉੱਤਰ ਪੱਨੇ ਨੂੰ ਭੇਜਣ ਦੀ ਆਪਸ਼ਨ ਵੀ ਦਿੱਤੀ ਜਾ ਰਹੀ ਹੈ ਤਾਂ ਬਹੁਤ ਹੀ ਵਧੀਆ ਆਪਸ਼ਨ ਦਿੱਤੀ ਗਈ ਹੈ ਕਿ ਜੋ ਵਿਦਿਆਰਥੀ ਨੂੰ ਸਮੱਸਿਆ ਹੋ ਰਹੀ ਹੈ ਜਾਂ ਜਿੱਦਾਂ ਵੀ ਹੈ ਉਹ ਅਪਲੋਡ ਨਹੀਂ ਕਰ ਸਕਦਾ ਤਾਂ ਉਹ ਪੋਸਟ ਪੋਸਟ ਰਾਈ ਜਾਂ ਰਜਿਸਟਰਡ ਪੋਸਟ ਰਾਈ ਵੀ ਕੰਟਰੋਲਰ ਪ੍ਰੀਖਿਆਵਾਂ ਨੂੰ ਭੇਜਣ ਦੀ ਆਪਸ਼ਨ ਵੀ ਦਿੱਤੀ ਗਈ ਹੈ ਤਾਂ ਪ੍ਰੀਖਿਆ ਨਾਲ ਸੰਬੰਧਿਤ ਬਾਕੀਆਂ ਦੀ ਹਦਾਇਤਾਂ ਸਮੇਂ ਸਿਰ ਤੇ ਤੈਅ ਕਰਕੇ ਵੈਬਸਾਈਟ ਤੇ ਪਾਈਆਂ ਜਾਣਗੀਆਂ ਕੰਟਰੋਲਰ ਕੰਟਰੋਲਰ ਪ੍ਰੀਖਿਆਵਾਂ ਵੱਲੋਂ ਇਹ ਜਾਰੀ ਕੀਤੀ ਗਈ ਹੈ ਸੂਚਨਾ ਤਾਂ ਇੱਕ ਹੋਰ ਵੀ ਨੋਟਿਸ ਹੈ ਜੋ ਕਿ ਆਪਣੇ ਕੋਲ ਹੈਗਾ ਜਿਸ ਵਿੱਚ ਵੀ ਇਸ ਤਰ੍ਹਾਂ ਸੇਮ ਹੀ ਲਿਖਿਆ ਗਏ ਹੋਏ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਕੰਟਰੋਲਰ ਪ੍ਰੀਖਿਆਵਾਂ ਦਾ ਦਫ਼ਤਰ ਵੱਲੋਂ ਇਹ ਵੀ ਸੂਚਨਾ ਦਿੱਤੀ ਗਈ ਹੈ ਦੂਸਰੀ ਵੀ ਸੂਚਨਾ ਹੈ ਜੁਕੇਸ਼ਨਲ ਜਿਆਦਾਤਰ ਮਿਲਦੀ ਜੁਲਦੀ ਹੈ ਛੋਟੇ ਸ਼ੋਰਟ ਫਾਰਮ ਚ ਦੱਸਣਾ ਚਾਹਾਂਗਾ ਕਿ ਬਿਉਰੀ ਪ੍ਰੀਖਿਆ ਮਿਤੀ 25 ਨੋ ਕਰਵਾਉਂਦਾ ਫੈਸਲਾ ਦਿੱਤਾ ਗਿਆ ਹੈ ਇਹਨਾਂ ਕਲਾਸਾਂ ਦੇ ਪ੍ਰੈਕਟੀਕਲ ਪ੍ਰੀਖਿਆ ਵਿਭਾਗ ਪ੍ਰਿੰਸੀਪਲ ਮੁਖੇ ਜਿਵੇਂ ਕਿ ਆਨਲਾਈਨ ਮੋਡ ਨੂੰ ਨੋਨੋ ਨੂੰ ਕਰਵਾਈਆਂ ਜਾਣ ਗਿਆ ਹੱਲ ਕਰਨ ਦਾ ਸਮਾਂ 2 ਘੰਟੇ ਰਹੇਗਾ 50% ਪ੍ਰਸ਼ਨ ਹੱਲ ਕਰਨਾ ਹੋਵੇਗਾ 50% ਅੰਕਾਂ ਦਾ ਪ੍ਰਸ਼ਨ ਹੱਲ ਕਰਨ ਤੋਂ ਬਾਅਦ ਜਿਹੜੇ ਕਿ ਪੰਜਾਬੀ ਯੂਨੀਵਰਸਿਟੀ ਨੂੰ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਰੱਖਦੇ ਹੋਏ ਅਜਾਈ ਵਿਧੀ ਅਪਣਾਉਣ ਦੀ ਕੋਸ਼ਿਸ਼ ਕੀਤੀ ਹੈ ਜਿਸ ਤਰ੍ਹਾਂ ਤੁਸੀਂ ਘਰ ਬੈਠੇ ਉਸ ਪ੍ਰਸ਼ਨ ਪੇਪਰ ਨੂੰ ਹੱਲ ਕਰ ਸਕਦੇ ਹੋ ਤਾਂ ਇਸ ਲਈ ਇਸ ਬੰਦੀ ਲਡਿੰਦੀ ਗਾਈਡਲਾਈਨਸ ਜਲਦੀ ਹੀ ਜੈ ਪੰਜਾਬੀ ਯੂਨੀਵਰਸਿਟੀ ਜਾਰੀ ਕਰੇਗੀ ਗਾਈਡਲਾਈਨਸ ਜਾਰੀ ਕਰੇਗੀ ਇਸ ਵਿੱਚ ਉਹ ਜਿਹੜੇ ਹੈਗੇ ਆ ਆਪਣੇ ਜਿਹੜੀ ਕਲਾਸਿਕ ਦੇ ਇਗਜ਼ਾਮ ਹੈਗੇ ਆ ਉਹਨਾਂ ਦੇ ਤੁਹਾਨੂੰ ਜਿਵੇਂ ਕਿ ਡੇਟ ਸ਼ੀਟ ਹੈਗੇ ਇਗਜ਼ਾਮ ਦੇ ਡੇਟ ਕਦੋਂ ਲਏ ਜਾਣਗੇ ਉਹਨਾਂ ਬਾਰੇ ਜਲਦੀ ਹੀ ਤੁਹਾਨੂੰ ਆਪਣੇ ਜਰੂਰੀ ਸੂਚਨਾ ਮੁਹਈਆ ਕਰਵਾਏਗੀ ਆਪਣੀ ਵੈਬਸਾਈਟ ਤੇ ਮੋਈ ਕਰੇਗੀ ਤੇ ਉਸ ਉਸ ਦੇ ਰਾਈ ਜਿਹੜਾ ਪ੍ਰੀਖਿਆ ਪੇਪਰ ਕਿਹੜੀ ਦਿਨਾਕ ਯਾਨੀ ਕਿ ਕਿਹੜੀ ਦਿਨ ਨੂੰ ਲਿਆ ਜਾਏਗਾ ਉਸ ਬਾਰੇ ਵੀ ਤੁਹਾਨੂੰ ਸਭ ਕੁਝ ਦੱਸਿਆ ਜਾਏਗਾ ਤਾਂ ਉਹੀ ਅਸੀਂ ਆਪਣੇ ਚੰਦ ਬੱਧ ਅੱਡਾ ਤੇ ਅਪਲੋਡ ਕਰਦੇ ਹਾਂਗੇ ਧੰਨਵਾਦ ਦੋਸਤੋ ਇਹ ਵੀਡੀਓ ਵੇਖਣ ਲਈ ਤੇ ਅੱਗੇ ਵੀ ਜੋ ਵੀ ਤੁਹਾਨੂੰ ਨੋਟਿਸ ਹੈ ਇਸ ਚੰਦ ਬੱਧ ਅੱਡਾ ਤੇ ਤੁਹਾਨੂੰ ਭੇਜਿਆ ਜਾਏਗਾ ਤੇ ਨੋਟਿਸ ਤੁਸੀਂ ਏਹਟ ਦਿੱਤੇ ਡਿਸਕ੍ਰਿਪਸ਼ਨ ਲਿੰਕ ਤੇ ਜਾ ਕੇ ਡਾਊਨਲੋਡ ਕਰ ਸਕਦੇ ਹੋ ਤਾਂ ਕਿ ਤੁਸੀਂ ਉਸ ਨੂੰ ਆਪਣੇ ਨਿੱਜੀ ਤੌਰ ਤੇ ਪੜ ਸਕਦੇ ਹੋ ਧੰਨਵਾਦ